ਗੁੱਡ ਮਾਰਨਿੰਗ ਸਟੂਡੈਂਟਸ, ਸਤਿ ਸ਼੍ਰੀ ਅਕਾਲ। ਜੋ ਇਹ ਆਪਾਂ ਇਹ ਚੈਨਲ ਸਟਾਰਟ ਕੀਤਾ ਗਿਆ ਇਹ ਸਪੈਸ਼ਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਦੇ ਲਈ ਇਹ ਜਿਹੜਾ ਚੈਨਲ ਹੈ ਤਿਆਰ ਕੀਤਾ ਗਿਆ ਆਪਣੇ ਕੋਲ, ਬਣਾਇਆ ਗਿਆ ਆਪਣੇ ਕੋਲ, ਕਿਉਂਕਿ ਸਾਨੂੰ ਯੂਟਿਊਬ ਦੇ ਉੱਪਰ ਵੱਖ ਵੱਖ ਚੈਨਲਸ ਮਿਲਦੇ ਆਪਣੇ ਕੋਲ, ਜਿੱਥੇ ਜਿਹੜੀ ਬਾਇਓਲੋਜੀ ਆਪਣੇ ਕੋਲ ਪਿਓਰਲੀ ਇੰਗਲਿਸ਼ ਦੇ ਵਿੱਚ ਪੜ੍ਹਾਈ ਜਾਂਦੀ ਹੈ ਜਾਂ ਹਿੰਦੀ ਦੇ ਵਿੱਚ ਪੜ੍ਹਾਇਆ ਜਾਂਦਾ ਆਪਣੇ ਕੋਲ, ਪਰ ਸਾਡੇ ਕੋਲ ਕੋਈ ਵੀ ਪੰਜਾਬੀ ਦੀ ਲੈਂਗੁਏਜ ਦੇ ਵਿੱਚ ਕੰਸੈਪਟਸ ਨੂੰ ਸਮਝਣ ਦੇ ਲਈ ਕੋਈ ਵੀ ਚੈਨਲ ਨਹੀਂ ਸੀਗਾ। ਸੋ ਅੱਜ ਮੈਂ ਤੁਹਾਡੇ ਨਾਲ ਹਾਂ ਡਾਕਟਰ ਸੰਜੀਵ ਨਾਗਪਾਲ, ਜੋ ਕਿ ਬਾਇਓਲੋਜੀ ਨੂੰ ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕੰਸੈਪਟ, ਤਾਂ ਕਿ ਤੁਹਾਨੂੰ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਯਾਦ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ। ਤਾਂ ਸਾਨੂੰ ਪਹਿਲਾਂ ਅਸੀਂ ਅੱਜ 12ਵੀਂ ਕਲਾਸ ਦਾ ਜੋ ਫਸਟ ਯੂਨਿਟ ਹੈ ਆਪਣੇ ਕੋਲ ਰੀਪ੍ਰੋਡਕਸ਼ਨ ਦਾ ਔਰਗੈਨਿਜ਼ਮ ਦੇ ਵਿੱਚੋਂ ਆਪਣੇ ਕੋਲ, ਜਿਹਦੇ ਵਿੱਚ ਚਾਰ ਚੈਪਟਰਸ ਆਪਣੇ ਕੋਲ ਰੀਪ੍ਰੋਡਕਸ਼ਨ ਦੇ ਉੱਪਰ ਬੇਸਡ ਹਨ ਆਪਣੇ ਕੋਲ, ਉਹਨਾਂ ਦਾ ਬੇਸਿਕ ਜੋ ਕੰਸੈਪਟ ਆਪਣੇ ਕੋਲ ਫਸਟ ਚੈਪਟਰ 'ਚ ਰੀਪ੍ਰੋਡਕਸ਼ਨ ਇਨ ਦਾ ਔਰਗੈਨਿਜ਼ਮਸ ਬਾਰੇ ਅਸੀਂ ਪੜ੍ਹਾਂਗੇ। ਔਰ ਇਹਦੇ ਵਿੱਚ ਜੋ ਸਾਨੂੰ ਪਹਿਲਾ ਟੋਪਿਕ ਆਪਣੇ ਕੋਲ ਉਹ ਹੈਗਾ ਲਾਈਫ ਸਪੈਨ। ਜੇ ਇੱਕ ਨੋਨ ਸਾਇੰਸ ਸਟੂਡੈਂਟ ਨੂੰ ਪੁੱਛਿਆ ਜਾਵੇ ਕਿ ਲਾਈਫ ਸਪੈਨ ਕੀ ਹੁੰਦਾ ਹੈਗਾ, ਤਾਂ ਉਹ ਮੈਨੂੰ ਲੱਗਦਾ ਕਿ ਸ਼ਾਇਦ ਉਹ ਇਹ ਜਵਾਬ ਦੇਗਾ ਆਪਣੇ ਕੋਲ ਕਿ ਜਨਮ ਤੋਂ ਲੈ ਕੇ ਮੌਤ ਤੱਕ ਜੋ ਸਮਾਂ ਹੈਗਾ ਆਪਣੇ ਕੋਲ, ਟਾਈਮ ਡੋਰੇਸ਼ਨ ਹੈਗੀ ਆਪਣੇ ਕੋਲ, ਉਸ ਨੂੰ ਅਸੀਂ ਲਾਈਫ ਸਪੈਨ ਕਹਿੰਦੇ ਹਾਂ ਆਪਣੇ ਕੋਲ। ਬਿਲਕੁਲ ਸਹੀ ਹੈ ਆਪਣੇ ਕੋਲ, ਉਹ ਆਨਸਰ ਬਿਲਕੁਲ ਸਹੀ ਹੈ, ਬਟ ਅਸੀਂ ਸਾਇੰਸ ਸਟੂਡੈਂਟਸ ਦੇ ਲਈ ਆਪਣੇ ਕੋਲ ਇੱਕ ਖਾਸ ਸ਼ਬਦ ਵਿੱਚ ਐਡ ਕਰਾਂਗੇ ਆਪਣੇ ਕੋਲ, ਉਹ ਹੈ ਕੀ ਆਪਣੇ ਕੋਲ ਕਿ ਜਨਮ ਤੋਂ ਲੈ ਕੇ ਨੈਚੁਰਲ ਡੈਥ ਤੱਕ ਜੋ ਸਮਾਂ ਹੈ ਆਪਣੇ ਕੋਲ, ਟਾਈਮ ਡੋਰੇਸ਼ਨ ਆਪਣੇ ਕੋਲ, ਦੈਟ ਇਜ਼ ਕਾਲਡ ਐਜ਼ ਦਾ ਲਾਈਫ ਸਪੈਨ। ਤਾਂ ਤੁਹਾਡੇ ਕੁਐਸਚਨ ਦੇ ਵਿੱਚ ਵੀ, ਤੁਹਾਡੇ ਕੁਐਸਚਨ ਪੇਪਰ ਦੇ ਵਿੱਚ ਵੀ ਆਪਣੇ ਕੋਲ ਇਹ ਕੁਐਸਚਨ ਆ ਸਕਦਾ ਹੈਗਾ ਕਿ ਵਟ ਇਜ਼ ਲਾਈਫ ਸਪੈਨ, ਤਾਂ ਤੁਹਾਡਾ ਉਹਦਾ ਆਨਸਰ ਕੀ ਹੋਣਾ ਚਾਹੀਦਾ ਆਪਣੇ ਕੋਲ। ਦਾ ਟਾਈਮ ਡੋਰੇਸ਼ਨ ਬਿਟਵੀਨ ਬਰਥ ਟੂ ਨੈਚੁਰਲ ਡੈਥ ਇਜ਼ ਕਾਲਡ ਲਾਈਫ ਸਪੈਨ। ਕਿਉਂਕਿ ਵਰਡ ਜੋ ਆਪਣੇ ਕੋਲ ਨੈਚੁਰਲ ਵਰਡ ਦੀ ਕੀ ਇੰਪੋਰਟੈਂਸ ਹੈ ਕਿ ਅਗਰ ਕੋਈ ਮੰਨ ਲਓ ਕੋਈ ਹਿਊਮਨ ਬੀਂਗ ਹੈ ਆਪਣੇ ਕੋਲ, ਉਹ ਬਰਥ ਲੈ ਲੈਂਦਾ ਆਪਣੇ ਕੋਲ, ਔਰ 12 ਸਾਲ ਦੀ ਉਮਰ 'ਚ ਬਾਈ ਚਾਂਸ ਰੱਬ ਨਾ ਕਰੇ ਕਿ ਉਹਦੇ ਨਾਲ ਕੋਈ ਐਕਸੀਡੈਂਟ ਹੋ ਜਾਂਦਾ, ਉਹਦੀ ਡੈਥ ਹੋ ਜਾਂਦੀ ਹੈ, ਤਾਂ ਉਹਦਾ ਲਾਈਫ ਸਪੈਨ 12 ਸਾਲ ਨਹੀਂ ਅਸੀਂ ਕਹਿ ਸਕਦੇ। ਮਨੁੱਖ ਦਾ ਜਿਹੜਾ ਲਾਈਫ ਸਪੈਨ ਉਹ 12 ਸਾਲ ਨਹੀਂ ਹੋ ਸਕਦਾ ਆਪਣੇ ਕੋਲ। ਤਾਂ ਮਨੁੱਖ ਦਾ ਲਾਈਫ ਸਪੈਨ ਕੀ ਹੋਏਗਾ ਆਪਣੇ ਕੋਲ? ਬਰਥ ਟੂ ਨੈਚੁਰਲ ਡੈਥ। ਤਾਂ ਇਸ ਵੈਰੀ ਇੰਪੋਰਟੈਂਟ ਕੁਐਸਚਨ ਆਪਣੇ ਕੋਲ, ਕਿਉਂਕਿ ਇਸ ਚੈਪਟਰ ਦੇ ਵਿੱਚੋਂ ਸਿਰਫ ਇੱਕ ਨੰਬਰ ਦਾ ਹੀ ਕੁਐਸਚਨ ਆਉਣੇ ਆਪਣੇ ਕੋਲ, ਤਾਂ ਅਸੀਂ ਇਸ ਤਰ੍ਹਾਂ ਦੇ ਛੋਟੇ ਛੋਟੇ ਕੁਐਸਚਨ ਜਿਹੜੇ ਹੈਗੇ ਆਪਣੇ ਕੋਲ ਉਹ ਡਿਸਕਸ ਕਰਾਂਗੇ, ਤਾਂ ਤੁਸੀਂ ਇਸ ਨੂੰ ਆਪਣੀ ਕਾਪੀ ਦੇ ਵਿੱਚ ਨੋਟ ਕਰਦੇ ਜਾਓਗੇ। ਹੁਣ ਰੇਂਜ ਕਿੰਨੀ ਕੁ ਹੁੰਦੀ ਹੈ ਲਾਈਫ ਸਪੈਨ ਦੀ? ਲਾਈਫ ਸਪੈਨ ਦੀ ਰੇਂਜ ਵੈਸੇ ਤਾਂ ਕੁਛ ਔਰਗੈਨਿਜ਼ਮ ਮਾਈਕਰੋ ਔਰਗੈਨਿਜ਼ਮਸ ਇਹੋ ਜਿਹੇ ਵੀ ਹੈਗੇ ਆਪਣੇ ਕੋਲ ਜਿਨ੍ਹਾਂ ਦਾ ਲਾਈਫ ਸਪੈਨ ਕੁਛ ਮਿਨਟਸ ਹੀ ਹੁੰਦਾ ਹੈਗਾ, ਪਰ 99.99% ਜਿਹੜੇ ਔਰਗੈਨਿਜ਼ਮਸ ਹੈਗੇ ਆਪਣੇ ਕੋਲ ਉਹਨਾਂ ਦਾ ਲਾਈਫ ਸਪੈਨ ਆਪਣੇ ਕੋਲ ਫਿਊ ਡੇਸ ਤੋਂ ਲੈ ਕੇ ਸੈਵਰਲ ਈਅਰਸ ਹੋ ਸਕਦਾ ਹੈਗਾ, ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਅਸੀਂ ਔਰਗੈਨਿਜ਼ਮ ਸਾਡੀ NCERT SCERT ਬੁੱਕ ਦੇ ਵਿੱਚ ਆਪਣੇ ਕੋਲ ਕਾਫੀ ਸਾਰੇ ਸੈਕਿੰਡ ਪੇਜ ਦੇ ਉੱਪਰ ਆਪਣੇ ਕੋਲ ਲਿਖੇ ਹੋਏ ਆਪਣੇ ਕੋਲ, ਜਿਹਨਾਂ 'ਚ ਕੁਛ ਲਾਈਫ ਸਪੈਨ ਉੱਥੇ ਪ੍ਰਿੰਟ ਹੋਏ ਹੋਏ ਆਪਣੇ ਕੋਲ, ਕੁਛ ਅਸੀਂ ਆਪਣੇ ਲੱਭਣੇ ਹੋਣਗੇ। ਜਿਸ ਤਰ੍ਹਾਂ ਆਪਾਂ ਡਿਸਕਸ ਕਰਦੇ ਹਾਂ ਕਿ ਐਲੀਫੈਂਟ ਦਾ ਲਾਈਫ ਸਪੈਨ ਆਪਣੇ ਕੋਲ 60 ਤੋਂ 90 ਸਾਲ ਹੈਗਾ, ਰੋਜ਼ ਦਾ ਆਪਣੇ ਕੋਲ ਲਾਈਫ ਸਪੈਨ ਆਪਣੇ ਕੋਲ 5 ਤੋਂ 7 ਸਾਲ ਹੈਗਾ, ਡੋਗ ਜਿਹੜਾ ਹੈਗਾ 25 ਤੋਂ 30 ਸਾਲ ਹੈ। ਵੈਸੇ ਤਾਂ ਆਪਣੇ ਕੋਲ ਦੇਖੋ ਕਿ ਸਾਨੂੰ ਪਤਾ ਹੈਗਾ ਕਿ ਡੋਗਸ ਦੇ ਕਈ ਵਰਾਇਟੀਆਂ ਆਉਂਦੀਆਂ ਆਪਣੇ ਕੋਲ, ਹੁਣ ਅਸੀਂ ਨਹੀਂ ਸਾਨੂੰ ਪਤਾ ਕਿ ਕਿਹੜੀ ਵਰਾਇਟੀ, ਕੁਛ ਵਰਾਇਟੀ ਇਹੋ ਜਿਹੀਆਂ ਆਪਣੇ ਕੋਲ ਜਿਨ੍ਹਾਂ ਦਾ ਲਾਈਫ ਸਪੈਨ ਬਹੁਤ ਜ਼ਿਆਦਾ, ਕੁਛ ਵਰਾਇਟੀਆਂ ਇਹੋ ਜਿਹੀਆਂ ਆਪਣੇ ਕੋਲ ਜਿਨ੍ਹਾਂ ਦਾ ਲਾਈਫ ਸਪੈਨ ਬਹੁਤ ਜ਼ਿਆਦਾ ਘੱਟ ਹੈਗਾ। ਪਰ ਜੇ ਅਸੀਂ ਐਵਰੇਜ ਦੇ ਲੈਂਦੇ ਆਪਣੇ ਕੋਲ ਤਾਂ ਇੱਕ ਡੋਗ ਦਾ ਲਾਈਫ ਸਪੈਨ ਆਪਣੇ ਕੋਲ 25 ਤੋਂ 30 ਸਾਲ ਦਾ ਆ ਜਾਂਦਾ ਹੈਗਾ, ਔਰ ਬਟਰਫਲਾਈ 1 ਤੋਂ 2 ਹਫ਼ਤੇ ਹੈਗਾ, ਕਰੋ ਦਾ ਆਪਣੇ ਕੋਲ 15 ਸਾਲ ਹੈ ਲਗਭਗ, ਔਰ ਪੈਰਟ ਦਾ ਆਪਣੇ ਕੋਲ ਲਾਈਫ ਸਪੈਨ ਹੈਗਾ 140 ਸਾਲ। ਬਹੁਤ ਵੱਡਾ ਹਿਊਜ ਲਾਈਫ ਸਪੈਨ ਆਪਣੇ ਕੋਲ ਪੈਰਟ ਦਾ, ਔਰ ਫਰੂਟ ਫਲਾਈ ਜਿਹੜਾ ਕਿ ਆਪਣੇ ਕੋਲ ਆਮ ਤੌਰ 'ਤੇ ਉਹਦਾ ਲਾਈਫ ਸਪੈਨ 1 ਤੋਂ 2 ਹਫ਼ਤੇ ਹੀ ਹੁੰਦਾ ਹੈਗਾ। ਰਾਈਸ ਦਾ ਜਿਹੜਾ ਲਾਈਫ ਸਪੈਨ ਆਪਣੇ ਕੋਲ ਉਹ 3 ਤੋਂ 4 ਮੰਥ, ਕਿਉਂਕਿ ਸੀਜ਼ਨਲ ਇੱਕ ਫਸਲ ਹੈਗੀ ਇਹ, ਸੀਜ਼ਨਲ ਫਸਲ ਦਾ ਮਤਲਬ ਇੱਕ ਸੀਜ਼ਨ ਦੇ ਵਿੱਚ ਇਹ ਬਣਨ ਤੋਂ ਬਾਅਦ ਖਤਮ ਹੋ ਜਾਂਦੇ, ਅਸੀਂ ਉਹਦੀ ਕਟਾਈ ਕਰ ਦਿੰਦੇ ਹੈਗੇ, ਹਾਰਵੈਸਟਿੰਗ ਕਰ ਦਿੰਦੇ ਹਾਂ, ਸੋ ਉਹਦਾ ਲਾਈਫ ਸਪੈਨ ਜਿਹੜਾ ਆਪਣੇ ਕੋਲ 3 ਤੋਂ 4 ਮਹੀਨੇ ਹੀ ਹੈਗਾ। ਔਰ ਬਨਾਨ ਟ੍ਰੀ ਜਿਹਨੂੰ ਅਸੀਂ ਬੋਰ ਦਾ ਦਰਖਤ ਕਹਿੰਦੇ ਹਾਂ, ਬਰਗਰ ਦਾ ਪੇੜ ਕਹਿੰਦੇ ਆਪਣੇ ਕੋਲ, ਉਹਦਾ ਲਾਈਫ ਸਪੈਨ ਬਹੁਤ ਜ਼ਿਆਦਾ ਹੈਗਾ। ਔਰ ਐਵਰੇਜ ਵੈਸੇ ਤਾਂ ਉਹਦਾ ਲਾਈਫ ਸਪੈਨ ਆਪਣੇ ਕੋਲ ਜਿਹੜਾ ਹੈਗਾ ਆਪਣੇ ਕੋਲ ਉਹ 2 ਤੋਂ 3 ਹਜ਼ਾਰ ਤੱਕ ਵੀ ਹੋ ਸਕਦਾ ਆਪਣੇ ਕੋਲ ਸਾਲ, ਪਰ ਅਸੀਂ ਉਹਦਾ ਐਵਰੇਜ ਜਿਹੜਾ ਲਾਈਫ ਸਪੈਨ ਆਪਣੇ ਕੋਲ 200 ਤੋਂ 300 ਸਾਲ ਲੈਂਦੇ ਹਾਂ ਆਪਣੇ ਕੋਲ। ਤਾਂ ਇਹਦਾ ਮਤਲਬ ਜਿੰਨੇ ਵੀ
जीव है जोंदे है इस धरती उपर उन्हों चो 99.9% जो ऑर्गेनिजम्स है उन्होंने लाइफ स्पैन इस दे विच विच अपने को काउंट कर जाएगा। तो अगला बहुत ही महत्वपूर्ण क्वेश्चन आता है अपने को कि ऑर्गेनिजम जो है अपने को बॉडी के साइज के लाइफ स्पैन एक दूसरे रिलेट करता है कि वह कोई रिलेशन नहीं है। आप ध्यान इस लिस्ट को देखिए अपने को बड़े ध्यान देखा अपने को जो क्रो ते पैरट है इहदा साइज जिहड़ा हैगा लगभग इको जिहा वक्री है कि मोरफोलॉजी थोड़ी डिफरेंट है। इहदा रंग होर है पैरट का रंग अपने को जिहड़ा हरा हैगा और क्रो का कलर जिहड़ा अपने को ब्लैक हुंदा हैगा। बट देखो तुसीं साइज इको जिहा होण दे बावजूद भी जिहड़ा क्रो का लाइफ स्पैन अपने को 15 साल है और पैरट का जिहड़ा अपने को लाइफ स्पैन है 140 साल है। तो इत्थों कुछ गल्लां सानूं क्लीयर हो जांदियां अपने को कि लाइफ स्पैन का साइज ऑफ ऑर्गेनिजम के उपर बॉडी के साइज के उपर नाल कोई भी रिलेशनशिप नहीं है गा। ठीक है, दो ऑर्गेनिजम साइज भी इको हो सकते हैं पर उन्होंने लाइफ स्पैन भी डिफरेंट हो सकता है। जो अलग अलग ऑर्गेनिजम जो दो अलग अलग ऑर्गेनिजम है जिन्हों का साइज डिफरेंट है अपने को लाइफ स्पैन जो अपने को सेम हो सकता है। इस करके ये क्वेश्चन आया था अपने को इज देयर एनी रिलेशनशिप। अगला क्वेश्चन जो अपने सेकंड नंबर क्वेश्चन है इज देयर रिलेशनशिप बिटवीन साइज ऑफ ऑर्गेनिज्म ऑर्गेनिजम्स एंड लाइफ स्पैन। तो आंसर उसका क्या आएगा अपने को नो, देयर इज नो रिलेशनशिप बिटवीन द साइज ऑफ द ऑर्गेनिजम्स एंड द लाइफ स्पैन। तो तुम इतने क्रो ते पैरट की एग्जाम्पल दे सकते हो कि क्रो एंड पैरट हैज द सेम साइज बट द लाइफ स्पैन ऑफ द क्रो इज 15 ईयर्स एंड द लाइफ स्पैन ऑफ पैरट इज द 140 ईयर्स। ठीक है, इट्स ऑल्सो वेरी इंपॉर्टेंट क्वेश्चन, बहुत ही महत्वपूर्ण क्वेश्चन, इसमें लिख सकते हैं अपने को। तो कोई ऑर्गेनिजम इमॉर्टल है, इमॉर्टल का मतलब कि कोई ऑर्गेनिजम अमर है, सिंगल सेल्ड ऑर्गेनिजम नो छड़ के कोई भी ऑर्गेनिजम जरा इमॉर्टल नहीं है। हर ऑर्गेनिजम जिसका बर्थ होता है उसकी डेथ भी डेफिनेटली होगी। सिंगल सेल्ड ऑर्गेनिजम क्यों इमॉर्टल कहने से अपने को इस कंसेप्ट को समझते अपने को सिंगल सेल जो ऑर्गेनिजम है वो इमॉर्टल है। सिंगल सेल्ड ऑर्गेनिजम्स आर इमॉर्टल। क्यों इमॉर्टल है अपने को बिकॉज सिंगल सेल जो ऑर्गेनिजम है जो रिप्रोडक्शन करते हैं डिवाइड करते हैं अपने को सोने एक सेल मान लो पेरेंट सेल है ये डिवाइड करके दो सेल बना लेता है। जो दो डॉटर सेल्स बन गए तो पेरेंट सेल तो खत्म ही हो गया, वो आइडेंटिटी जी है खत्म हो गई। जो कोई ऑर्गेनिजम की आइडेंटिटी नहीं हैगी अपने को तो लाइफ स्पैन की होगा। तो इस खास टाइप जी अपने को रीप्रोडक्शन है वो की है पेरेंट सैल जो डिवाइड होकर अपने को दो डॉटर सैल्स बना है और इस तरह जनरेशन टू जनरेशन जो अपने को इस तरह जी प्रोसैस है वह चलती रहती है। तो इतने इस करके असं सिंगल सैल ऑर्गेनिजम इमॉर्टल कह दें, असं कह दें कि वह अमर है, वह कदे भी नहीं मरता क्योंकि एक ऑर्गेनिजम खत्म मरिया तो है ही नहीं, वह दो डिवाइड हो गया अपने को। इस तरह सिंगल सैल ऑर्गेनिजम जो कि अपने को इमॉर्टल है। तो असी जो गल करते हैं कि हर ऑर्गेनिजम का एक लाइफ स्पैन है और जिस ऑर्गेनिजम ने बर्थ लेता है तो ऑर्गेनिजम ने खत्म भी हो जाना, उसकी डेथ भी हो जानी है। मान लो एक ऑर्गेनिजम है जिवें ह्यूमन बीइंग की असं गल करते हैं, ह्यूमन बीइंग मनुख है अपने को, असी मानते कि इहदी जिहड़ा लाइफ स्पैन मानते हैं कि 100 ईयरस है। एक ऑर्गेनिजम एक ह्यूमन बीइंग पैदा होया तो कि 100 साल बाद खत्म हो जाएगा? जे ऐसा होंदा तो जिन्ने भी ऑर्गेनिजम सीगे जिन्ने भी ह्यूमन बीइंग सीगे इस धरती के उपर खत्म हो जाने चाहिए सीगे पर वो खत्म नहीं हुए, वो अज भी प्रेजेंट अपने को। तो उन्होंने जी कंटिन्यूटी है लगातार चलती रही है अपने को, एक पीढ़ी तो दूजी पीढ़ी जनरेशन आफ्टर जनरेशन चल रही है। तो किस करके चल रही है? तो एक खास प्रोसैस अपने को, उस प्रोसैस का नाम की है अपने को रीप्रोडक्शन, जिन्होंने पंजाबी नौवीं दसवीं किताबों के पढ़िया होगा प्रजनन किरिया। वो प्रजनन किरिया असं इंग्लिश रीप्रोडक्शन कहोंगे और वो रीप्रोडक्शन एक ऐसी प्रोसैस हैगी जिदे राही
ਕਿਸੇ ਵੀ ਸਪੀਸੀਜ਼ ਕਿਸੇ ਵੀ ਪ੍ਰਜਾਤੀ ਦਾ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਜਨਰੇਸ਼ਨ ਟੂ ਜਨਰੇਸ਼ਨ ਚੱਲੇ ਰਹਿਣ ਦਾ ਮੁੱਖ ਕਾਰਨ ਹੈ ਆਪਣੇ ਕੋਲ। ਤਾਂ ਰੀਪ੍ਰੋਡਕਸ਼ਨ ਦੀ ਅਗਰ ਅਸੀਂ ਐਗਜ਼ਾਮਪਲ ਦੀ ਆਪਣੇ ਸੋਰੀ ਡੈਫੀਨੇਸ਼ਨ ਦੀ ਆਪਣੇ ਕੋਲ ਤਾਂ ਡੈਫੀਨੇਸ਼ਨ ਦੀ ਕੀ ਪਰਿਭਾਸ਼ਾ ਬਣਦੀ, ਕਿਉਂਕਿ ਕੁਐਸਚਨ ਬਹੁਤ ਹੀ ਵਨ ਮਾਰਕ ਦਾ ਕੁਐਸਚਨ ਆਪਣੇ ਕੋਲ ਸਾਡੇ ਕੋਲ ਆ ਸਕਦਾ ਪੇਪਰ ਦੇ ਵਿੱਚ, ਤਾਂ ਉੱਥੇ ਕੁਐਸਚਨ ਆ ਸਕਦਾ ਵਟ ਇਜ਼ ਰੀਪ੍ਰੋਡਕਸ਼ਨ, ਵਟ ਇਜ਼ ਰੀਪ੍ਰੋਡਕਸ਼ਨ। ਤਾਂ ਰੀਪ੍ਰੋਡਕਸ਼ਨ ਕੀ ਹੈ? ਇਟ ਇਜ਼ ਅ ਬਾਇਓਲੋਜੀਕਲ ਪ੍ਰੋਸੈਸ, ਇਟ ਇਜ਼ ਏ ਬਾਇਓਲੋਜੀਕਲ ਪ੍ਰੋਸੈਸ process in which new organisms of same type are formed from pre-existing ਆਰਗੇਨਿਜ਼ਮਸ। ਜਿਹੜੇ ਆਰਗੇਨਿਜ਼ਮਸ ਪਹਿਲਾਂ ਇਸ ਧਰਤੀ ਦੇ ਉੱਪਰ ਰਹਿ ਰਹੇ ਹੈਗੇ, ਉਹਨਾਂ ਤੋਂ ਨਵੇਂ ਆਰਗੇਨਿਜ਼ਮ ਬਣਨ ਦੀ ਬਾਇਓਲੋਜੀਕਲ ਪ੍ਰੋਸੈਸ ਨੂੰ ਅਸੀਂ ਕੀ ਕਹਿ ਦਿੰਦੇ ਹੈਗੇ ਰੀਪ੍ਰੋਡਕਸ਼ਨ। ਕਿਸ ਲਈ? ਜੇ ਕੁਐਸਚਨ ਆਉਂਦਾ ਵਟ ਇਜ਼ ਦ ਸਿਗਨੀਫਿਕੈਂਸ ਆਫ ਰੀਪ੍ਰੋਡਕਸ਼ਨ, ਤਾਂ ਅਸੀਂ ਲਿਖ ਸਕਦੇ ਆਪਣੇ ਕੋਲ ਸਿਗਨੀਫਿਕੈਂਸ ਆਫ ਰੀਪ੍ਰੋਡਕਸ਼ਨ। ਕੁਐਸਚਨ ਆ ਸਕਦਾ ਹੈ, ਤਾਂ ਆਂਸਰ ਦਾ ਕੀ ਬਣੇਗਾ? ਫਾਰ ਦਾ continuity of species generation after generation, ਤਾਂ ਇਹ ਆਂਸਰ ਬਣ ਜਾਏਗਾ ਆਪਣੇ ਕੋਲ ਕੁਐਸਚਨ ਦਾ ਵਟ ਇਜ਼ ਦਾ ਸਿਗਨੀਫਿਕੈਂਸ ਆਫ ਰੀਪ੍ਰੋਡਕਸ਼ਨ। ਤਾਂ ਆਂਸਰ ਬਣੇਗਾ ਇਟ ਇਜ਼ ਫਾਰ ਦਾ ਕੰਟੀਨਿਊਟੀ ਆਫ ਸਪੀਸੀਸ ਜਨਰੇਸ਼ਨ ਆਫਟਰ ਜਨਰੇਸ਼ਨ। ਤਾਂ ਉਸ ਤੋਂ ਬਾਅਦ ਅਗਲਾ ਜੋ ਟੋਪਿਕ ਹੈ ਆਪਣੇ ਕੋਲ, ਤਾਂ ਰੀਪ੍ਰੋਡਕਸ਼ਨ ਕਿੰਨੇ ਕਿਸਮ ਦੀ ਹੈ? ਵਟ ਆਰ ਦਾ ਟਾਈਪਸ ਆਫ ਰੀਪ੍ਰੋਡਕਸ਼ਨ? ਰੀਪ੍ਰੋਡਕਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ ਆਪਣੇ ਕੋਲ। ਵਨ ਇਜ਼ ਏਸੈਕਸੁਅਲ ਰੀਪ੍ਰੋਡਕਸ਼ਨ, ਐਂਡ ਅਦਰ ਇਜ਼ ਦਾ ਸੈਕਸੁਅਲ ਰੀਪ੍ਰੋਡਕਸ਼ਨ। ਤੁਸੀਂ ਇਹਨੂੰ ਆਪਣੀਆਂ ਛੋਟੀਆਂ ਜਮਾਤਾਂ ਦੇ ਵਿੱਚ ਪੜ੍ਹਿਆ ਸੀਗਾ, ਏਸੈਕਸੁਅਲ ਰੀਪ੍ਰੋਡਕਸ਼ਨ ਨੂੰ ਅਲਿੰਗੀ ਪ੍ਰਜਨਨ ਕਿਰਿਆ ਔਰ ਸੈਕਸ ਰੀਪ੍ਰੋਡਕਸ਼ਨ ਨੂੰ ਲਿੰਗੀ ਪ੍ਰਜਨਨ ਕਿਰਿਆ ਦੇ ਤੌਰ ਤੇ ਅਸੀਂ ਆਪਣੀਆਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹ ਚੁੱਕੇ ਹਾਂ ਆਪਣੇ ਕੋਲ। ਤਾਂ ਦੋਸਤੋ ਸਟੂਡੈਂਟਸ, ਤੁਹਾਨੂੰ ਇਹ ਲੈਕਚਰ ਕਿਵੇਂ ਲੱਗਿਆ? ਮੈਨੂੰ ਉਮੀਦ ਹੈਗੀ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਇਹ ਸਾਰੇ ਕੰਸੈਪਟ ਸਮਝਣ 'ਚ ਕੋਈ ਦਿੱਕਤ ਨਹੀਂ ਆਈ ਹੋਏਗੀ, ਔਰ ਤੁਹਾਨੂੰ ਇਹ ਜਿਹੜਾ ਟੋਪਿਕ ਆਪਣੇ ਕੋਲ ਬੜਾ ਇੰਟਰਸਟਿੰਗ ਲੱਗਿਆ ਹੋਏਗਾ। ਤਾਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਟੋਪਿਕਸ ਨੂੰ ਅਸੀਂ ਪੰਜਾਬੀ 'ਚ ਪੜ੍ਹਨ ਦੇ ਲਈ ਮਿਲਦੇ ਰਹਾਂਗੇ ਆਪਣੇ ਕੋਲ ਇਸ ਚੈਨਲ ਦੇ ਉੱਪਰ, ਜਿਸਦਾ ਨਾਮ ਹੈ ਬਾਇਓਲੋਜੀਕਲ ਗੁਰੂ, ਔਰ ਇਸ ਨੂੰ ਮੈਂ ਪੇਸ਼ ਕਰ ਰਿਹਾ ਤੁਹਾਡੇ ਸਾਹਮਣੇ, ਸਮਝਾ ਰਿਹਾ ਡਾਕਟਰ ਸੰਜੀਵ ਨਾਗਪਾਲ। ਥੈਂਕ ਯੂ, ਧੰਨਵਾਦ।